मैं पूछना चाहना है भारत की गौरमेंट नूं, भारत के आगुआं नूं, भारत के लोगों नूं, जां बादल दलियां नूं पूछना चाहना जिन्हां ने सेंटर दे नाल यारियां ला छड्डियां, सारा कुछ कर छड्डिया, उस बंदे नूं अजे 4 साल 5 होए ने जेल चों, वो परौला ते आ गया, पर जिहड़े साडे सिख सी बादल नाल राज भोगिया, सेंटर दे विच इहनां दीआं यारियां रहीआं कि उदों तुसीं उहनां नूं बाहर नहीं सी कढ़ा सकदे, नहीं सी लिआ सकदे। पंजाब दे विच सत्संग कर रहा, सलावतपुरा डेरे दे विच कट करके ऑनलाइन सत्संग किया, उत्थे उहनूं चाहुण वालियां जिहड़ियां पंजाब दीआं कुछ औरतां तीवीआं ने उत्थे नचदीआं ने, पिता आ गया, साडा बापू आ गया, इह दोगला चेहरा हैगा, अदालतां दा वी दोगला चेहरा, सरकारां ते है ही है, परौल मिल रही है। इह तों साफ है वी सिख कौम नूं खतम करन वास्ते भारत गौरमेंट दा इरादा, ते सिखां नूं बंदी बनाउण दे होर झांसिआं दे विच होर अंदर सिख सट्टण दा इरादा। ਸ਼੍ਰੋਮਣੀ ਕਮੇਟੀ ਕਰ ਰਹੀ ਹੈ ਜਾਂ ਕੋਈ ਦਮਦਮੀ ਟਕਸਾਲ ਦਾ ਮੁਖੀ ਘੋਲ ਵਾਲਾ ਰਣਾਸ ਉਹ ਧੁੰਮਾ ਕਰ ਰਿਹਾ ਜਾਂ ਹੋਰ ਕਰ ਰਹੇ ਨੇ, ਮੈਂ ਇਹਨਾਂ ਸਾਰਿਆਂ ਨੂੰ ਕਹਿੰਦਾ ਬੇਸ਼ਰਮੋ ਸ਼ਰਮ ਦੇ ਨਾਲ ਤੁਹਾਨੂੰ ਮਰ ਜਾਣਾ ਚਾਹੀਦਾ। ਜਿਸ ਬੰਦੇ ਨੇ ਮੁਹਾਲੀ ਦੇ ਵਿੱਚ ਨੇਕਾਂ ਲੋਕਾਂ ਨੂੰ ਮਾਰਿਆ ਹੋਵੇ, ਨੇਕਾਂ ਗੱਡੀਆਂ ਸਾੜੀਆਂ ਹੋਣ, ਨੇਕਾਂ ਬਲਾਤਕਾਰ ਕੀਤੇ ਹੋਣ, ਨੇਕਾਂ ਉਹਨੇ ਸਿੱਖ ਧਰਮ ਦੇ ਗੁਰੂ ਸਾਹਿਬ ਮਹਾਰਾਜ ਜੀ ਦੇ ਪੁਸ਼ਾਕ ਪਾ ਕੇ ਗਾਣਾ ਪਾ ਕੇ ਸਿੱਖਾਂ ਦੇ ਹਿਰਦਿਆਂ ਨੂੰ ਰੁੱਖ ਪਾਇਆ ਹੋਵੇ, ਉਹ ਸਰਕਾਰ ਛੱਡ ਸਕਦੀ ਹੈ, ਉਹ ਬਾਹਰ ਪਰੋਲ 'ਤੇ ਆ ਸਕਦਾ ਹੈ, ਉਹ ਅੱਤਵਾਦੀਆਂ ਪਰੋਲ 'ਤੇ ਆ ਸਕਦਾ ਹੈ, ਉਸ ਅੱਤਵਾਦੀਏ ਦੇ ਕੋਲੇ ਜਾ ਕੇ ਬਾਦਲ ਕੇ ਹਾਰ ਪਾਉਂਦੇ ਨੇ, ਉਹ ਲੀਡਰ ਹਾਰ ਪਾਉਂਦੇ ਨੇ ਉਸ ਅੱਤਵਾਦੀਏ ਦੇ। ਇਸ ਟਾਈਮ ਸ਼੍ਰੋਮਣੀ ਕਮੇਟੀ ਦੇ ਦਸਤਖਤ ਵੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉਹਦੇ 'ਚ ਦਮਦਮੀ ਟਕਸਾਲ ਵੀ ਨਾਲ ਹੈ, 31 ਲੱਖ ਤੋਂ ਵੱਧ ਸਾਈਨ ਉਹਨਾਂ ਨੇ ਕਰਕੇ ਸਰਕਾਰ ਨੂੰ ਭੇਜਣੇ ਵੀ ਬੰਦੇ ਛੱਡ ਰਿਹਾ ਕਰੋ। ਇਹ ਹੈਗਾ ਇਹਨਾਂ ਦਾ ਡਰਾਮਾ। ਮੈਂ ਜਿੱਥੇ ਗੱਲ ਕਰ ਰਿਹਾ ਸੀ ਤੁਹਾਨੂੰ ਦੱਸਣਾ, ਮੈਂ ਗਿਆ ਸੀ ਮੁਕਤਸਰ ਸਾਹਿਬ ਅਤੇ ਉੱਥੇ ਮੈਨੇਜਰ ਕਹਿੰਦਾ ਬਾਬਾ ਜੀ ਇਹ ਸਾਈਨ ਕਰ ਲਓ, ਮੈਂ ਕਿਹਾ ਕਾਹਦੇ, ਕਹਿੰਦੇ ਬੰਦੀ ਸਿੰਘ ਰਿਹਾ ਕਰਾਉਣ ਦੇ, ਮੈਂ ਲੱਖ ਲਾਣਤ ਸਾਈਨ ਕਰਨ ਵਾਲਿਆਂ ਦੇ ਅਤੇ ਲੱਖ ਲਾਣਤ ਸਾਈਨ ਕਰਾਉਣ ਵਾਲਿਆਂ ਦੇ। ਇਹ ਸਰਕਾਰਾਂ ਨੇ ਧੱਕਾ ਕਰਕੇ, ਉਹਨਾਂ ਦੇ ਨਾਲ ਧੋਖਾ ਕਰਕੇ, ਉਹਨਾਂ ਦੇ ਉੱਤੇ ਜ਼ੁਲਮ ਕਰਕੇ, ਉਹਨਾਂ ਨੂੰ ਜ਼ਬਰਦਸਤੀ ਜੇਲ੍ਹਾਂ ਵਿੱਚ ਬੰਦ ਕੀਤਾ ਕਾਨੂੰਨ ਦੇ ਦਾਇਰੇ ਦੇ ਵਿੱਚ। 2015 ਵਿੱਚ ਸਰਬੱਤ ਖਾਲਸਾ ਨੇ ਅਤੇ ਭਾਈ ਹਵਾਲਾ ਸਾਹਿਬ ਨੂੰ ਜਹਿਦਾਰ ਚੁਣ ਲਿਆ, ਉਹ ਜਹਿਦਾਰ ਹੀ ਰਹਿੰਦੇ ਆ, ਕੀ ਜੇ ਬਾਹਰ ਆ ਜਾਂਦੇ ਨੇ ਕੀ ਉਹਨਾਂ ਨੂੰ ਜਹਿਦਾਰ ਨਹੀਂ ਥਾਪੂਗੀ? ਜਿੰਨੇ ਵੀ ਸਿੰਘ ਸ਼ਹੀਦ ਹੋਏ ਨੇ, ਸ਼੍ਰੋਮਣੀ ਕਮੇਟੀ ਇੱਕ ਵੀ ਦੱਸੇ ਇੱਕ ਪਰਿਵਾਰ ਨੂੰ 1 ਰੁਪਈਏ ਦੀ ਵੀ ਸਹਾਇਤਾ ਕੀਤੀ। ਪਰ ਬਾਦਲ ਕਹਿੰਦੇ ਨੇ ਅੱਜ ਅਸੀਂ ਸਾਈਨ ਕਰਵਾ ਕੇ ਬੰਦੀ ਸਿੰਘ ਰਿਹਾ ਕਰਾਉਂਦੇ ਹਾਂ। ਮੈਂ ਬਾਦਲਾਂ ਨੂੰ ਪੁੱਛਣਾ ਚਾਹੁੰਦਾ, ਧਾਮੀ ਨੂੰ ਪੁੱਛਣਾ ਚਾਹੁੰਦਾ ਹਾਂ, ਹਰਪ੍ਰੀਤ ਸਿੰਘ ਨੂੰ ਪੁੱਛਣਾ ਚਾਹੁੰਦਾ, ਦੱਸੋ ਮੈਨੂੰ ਜਿਹੜਾ ਭਾਈ ਅਰਜੀਤ ਸਿੰਘ ਐਡੀ ਵੱਡੀ ਕੁਰਬਾਨੀ ਵਾਲਾ, ਕੀ ਤੁਸੀਂ ਸ਼੍ਰੋਮਣੀ ਕਮੇਟੀ ਦਾ ਉਹਨੂੰ ਪ੍ਰਧਾਨ ਬਣਾਇਆ? ਪੈਸੇ ਦੇ ਜ਼ੋਰ ਨਾਲ ਜੋ ਸ਼੍ਰੋਮਣੀ ਕਮੇਟੀ ਦਿੱਤੀ ਗਈ ਹੈ, ਅੱਜ ਤੱਕ ਇਲੈਕਸ਼ਨ ਨਹੀਂ ਹੋ ਰਹੇ ਗੇ, ਮੰਨ ਲਓ ਇੱਥੇ ਸ਼੍ਰੋਮਣੀ ਕਮੇਟੀ ਅੱਜ ਹਮਦਰਦ ਹੈ, ਸਾਨੂੰ ਕਾਂਗਰਸ ਮਾੜੀ, ਸਾਨੂੰ ਭਾਜਪਾ ਮਾੜੀ, ਸਾਨੂੰ ਆਮ ਪਾਰਟੀ ਮਾੜੀ, ਸਾਰੀਆਂ ਮਾੜੀਆਂ, ਇਹ ਕੌਮ ਦਾ ਖੂਨ ਪੀਣ ਵਾਲਾ ਬਾਦਲ ਇਹ ਕਹਿ ਦਿੰਦਾ। ਸਰਕਾਰਾਂ ਸਿੱਖਾਂ ਦੇ ਨਾਲ ਵਿਤਕਰਾ ਕਰਦੀਆਂ ਨੇ, ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੀਆਂ ਨੇ, ਸਿੱਖ ਕੌਮ ਨੂੰ ਕੀਤਾ ਵੀ ਅਤੇ ਪਰ ਜਿਹਨਾਂ ਜਿਹਨਾਂ ਕੀਤਾ ਨਾਮੋ ਨਿਸ਼ਾਨ ਮਿਟ ਗਿਆ, ਹੁਣ ਤੁਹਾਡੇ ਸਾਹਮਣੇ ਆ।